दर्शकों बिरतबा तुहाडा सब दा भरपूर स्वागत है। हुण आपां गलबात करन जा रहे हैं थर्ड वाले इशू दे उपर, आपां दर्शक लोकां दे विचार सुनने जा रहे हैं कि किस तरह बॉलीवुड फिल्म इंडस्ट्री सिख विरोधी हस्तियां नाल भरी हुई है, पर कई बेसमझो सिख ने ओ खामखा उन्हां नाल नाता जोड़न ते रहिंदे हन। इस उपर सानूं भैन जी अमनजोत कौर उहनां दी लिखत वसूल हुई है, असीं उहनां तुहाडे नाल हुण सांझी करन जा रहे हां। सो इस तों बाद तुहाडियां लिखतां वी तुहाडे नाल सांझियां होणगियां। सो ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪਿਛਲੇ ਦਿਨਾਂ ਚ ਇਰਫਾਨ ਜਿਹੜੇ ਕੈਂਸਰ ਦੇ ਨਾਲ ਲੜਦੇ ਆ, ਜਿਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਉਸ ਦੇ ਉੱਤੇ ਅਸੀਂ ਇੱਕ ਸੈਗਮੈਂਟ ਕੀਤਾ ਸੀ, ਖਾਸ ਤੌਰ ਤੇ ਉਹਨਾਂ ਦੀ ਜਿਹੜੀ ਚੜ੍ਹਦੀ ਕਲਾ ਦੀ ਸਪਿਰਿਟ ਸੀ ਔਰ ਹਿਊਮੈਨੀਟੇਰੀਅਨਿਜ਼ਮ ਦੀ, ਜਿਸ ਨੂੰ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਔਰ ਬੜੀ ਜੈਨੂਇਨ ਟ੍ਰਿਬਿਊਟ ਦੁਨੀਆ ਭਰ ਚ ਇਰਫਾਨ ਖਾਨ ਹੋਰਾਂ ਦੇ ਲਈ ਆਈ। ਔਰ ਉਸ ਤੋਂ ਇੱਕ ਅੱਧੇ ਦਿਨ ਬਾਅਦ ਰਿਸ਼ੀ ਕਪੂਰ ਦੀ ਡੈਥ ਹੋਈ ਔਰ ਜ਼ਾਹਰ ਹੈ ਕਿ ਵੀ ਸਾਡੇ ਅਸੀਂ ਸਾਨੂੰ ਤਾਂ ਪਤਾ ਹੈ ਕਿ ਵੀ ਕਪੂਰ ਫੈਮਿਲੀ ਦੇ ਵਿੱਚ ਪ੍ਰਿਥਵੀ ਰਾਜ ਕਪੂਰ ਜ਼ਰੂਰ, ਜਿਨ੍ਹਾਂ ਨੇ ਨਾਨਕ ਨਾਮ ਜਹਾਜ਼ ਫਿਲਮ ਬਣਾਈ, ਉਹਨਾਂ ਦੀ ਹਮਦਰਦੀ ਵੀ ਸੀ ਕਿਉਂਕਿ ਉਹ ਸਿੱਖ ਸਕੂਲ ਵਿੱਚ ਪੜ੍ਹੇ ਹੋਏ ਸੀ, ਪਿਸ਼ਾਵਰ ਨਾਲ ਉਹਨਾਂ ਦਾ ਤਾਲੁਕ ਸੀ, ਤਾਰਾ ਸਿੰਘ ਉਹਨਾਂ ਦੇ ਟੀਚਰ ਸੀ, ਉਹ ਪੰਜਾਬੀ ਸੂਬੇ ਦੇ ਵੀ ਹੱਕ ਚ ਸੀ ਜਿਵੇਂ ਬਲਰਾਜ ਸਾਹਨੀ ਔਰ ਇੱਕ ਦੋ ਹੋਰ ਜਿਹੜੇ ਨੇ ਉਸ ਵੇਲੇ ਮੰਨਦੇ ਰਹੇ ਕਿ ਭਾਈ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਹਿੰਦੂਆਂ ਨੂੰ ਜਿਹੜੀ ਆ ਉਹ ਪੰਜਾਬੀ ਮੰਨਣੀ ਚਾਹੀਦੀ ਹੈ, ਇਹ ਹਿੰਦੀ ਵੱਲ ਨਾ ਜਾਈਏ। ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਉਂ ਜਿਉਂ ਵਕਤ ਬੀਤਦਾ ਗਿਆ, ਪ੍ਰਿਥਵੀਰਾਜ ਕਪੂਰ ਵਾਲੀ ਜਨਰੇਸ਼ਨ ਚਲੀ ਗਈ, ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਵੀ ਭਾਵੇਂ ਉਹ ਥੋੜਾ ਬਹੁਤ ਜਿਸ ਨੂੰ ਲੈ ਕੇ ਕਈ ਸਿੱਖ ਖੁਸ਼ ਹੋ ਜਾਂਦੇ ਨੇ ਜੀ ਉਹਨਾਂ ਦੇ ਮੁੰਡੇ ਕੁੜੀਆਂ ਦੇ ਵਿਆਹ ਗੁਰੂ ਗ੍ਰੰਥ ਸਾਹਿਬ ਨਾਲ ਹੋਏ ਤੇ ਦੂਜੇ, ਲੇਕਿਨ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਹੀ ਅਲਟੀਮੇਟਲੀ ਉਹ ਇਹ ਇਹਨਾਂ ਦਾ ਸਾਰਾ ਹੀ ਮਹਿਕਮਾ ਭਾਵੇਂ ਇਹ ਚੋਪੜਾ ਹੈ ਜਿਹਨੇ ਬਹੁਤ ਸਾਰੀ ਥੀਮ ਦੇ ਉੱਤੇ ਫਿਲਮਾਂ ਬਣਾਈਆਂ ਨੇ, ਉਹ ਵੀ ਅਲਟੀਮੇਟਲੀ ਹੁੰਦਾ ਹੈ ਸਾਡੇ ਜੀ। ਦੇਖੋ ਹਰ ਸਾਲ ਉਹ ਦਰਬਾਰ ਸਾਹਿਬ ਰਮਾਲਾ ਚਾੜਨ ਆਉਂਦਾ ਹੈ। ਮੈਂ ਕਹਿੰਦਾ ਵੀ ਅਸੀਂ ਬਹੁਤ ਨਿੱਕੀਆਂ ਨਿੱਕੀਆਂ ਗੱਲਾਂ ਵੱਲ ਦੇਖਦੇ ਹਾਂ, ਭੁੱਲ ਜਾਂਦੇ ਹਾਂ ਕਿ ਔਰ ਕਿ ਇਸ ਵੇਲੇ ਜਿਹੜੀ ਅਸਲੀ ਹੱਬ ਹਿੰਦੂਤਵਾ ਦੀ, ਜਿਹਨੇ ਇਹਨੂੰ ਨਿਆਂ ਸੰਗਤਾ ਹੀ ਨਹੀਂ, ਜਿਹਨੇ ਉਹ ਮਾਹੌਲ ਤਿਆਰ ਕੀਤਾ ਜਿਹਦੇ ਥੱਲੇ ਹਿੰਦੂਤਵਾ ਦਾ ਇਹ ਜਿਹੜਾ ਨਫ਼ਰਤ ਭਰਿਆ ਬੀਜ ਅੱਜ ਪੂਰਾ ਇੱਕ ਵੱਡਾ ਜਿਹੜਾ ਉਹ ਦਰਖਤ ਬਣ ਕੇ ਚਾਰ ਚੁਫੇਰੇ ਨਫ਼ਰਤ ਜਿਹੜੀ ਆ ਉਹ ਫੈਲਾ ਰਿਹਾ, ਇਸ ਦੇ ਵਿੱਚ ਇਸ ਬਾਲੀਵੁੱਡ ਦੀ ਫਿਲਮ ਇੰਡਸਟਰੀ ਨੇ ਔਰ ਇਹ ਸਾਰੇ ਚੋਪੜਿਆਂ ਕਪੂਰਾਂ ਔਰ ਰਾਮਾਨੰਦ ਸਾਗਰਾ ਇਹਨਾਂ ਸਭ ਨੇ ਬੜਾ ਰੋਲ ਅਦਾ ਕੀਤਾ। ਭੈਣ ਜੀ ਅਮਨਜੋਤ ਕੌਰ ਜਿਹੜੇ ਹਮੇਸ਼ਾ ਹੀ ਸਾਨੂੰ ਬੜੀ ਜਾਣਕਾਰੀ ਭਰਪੂਰ ਲਿਖਤ ਲਿਖਦੇ ਨੇ, ਉਹਨਾਂ ਨੇ ਇੱਕ ਲਿਖਤ ਖਾਸ ਤੌਰ ਤੇ ਇਸੇ ਹੀ ਵਿਸ਼ੇ ਦੇ ਉੱਤੇ ਇਸ ਰਿਸ਼ੀ ਕਪੂਰ ਤੋਂ ਬਾਅਦ ਜਿਸ ਕਿਸਮ ਦਾ ਰਿਐਕਟ ਕੀਤਾ, ਉਹਨਾਂ ਨੇ ਫਿਰ ਪਿਛਲਾ ਵੀ ਸਾਰਾ ਇਹਨਾਂ ਦਾ ਹਿਸਾਬ ਕਿਤਾਬ ਕੱਢਿਆ ਔਰ ਉਹਨਾਂ ਨੇ ਆਪਣੀ ਲਿਖਤ ਦਾ ਟਾਈਟਲ ਹੀ ਇਹ ਦਿੱਤਾ, ਸਿੱਖਸ ਮਸਟ ਗੈਟ ਓਵਰ ਫਿਲਮੀ ਡੇਜ਼। ਹੁਣ ਜਦੋਂ ਅਸੀਂ ਇਸ ਇੱਕ ਦੇਸ਼ ਦੇ ਥੱਲੇ ਹੁੰਦੇ ਹਾਂ, ਅਸੀਂ ਸਿਰਫ ਇੱਕ ਸਾਹਮਣਾ ਰੂਪ ਦੇਖਦੇ ਹਾਂ, ਪਰ ਉਹਦੇ ਪਿੱਛੇ ਕੀ ਚੱਲ ਰਿਹਾ, ਕਿਵੇਂ ਚੱਲ ਰਿਹਾ, ਉਹ ਉਸ ਤੋਂ ਅਸੀਂ ਇੱਕਦਮ ਅੱਖਾਂ ਬੰਦ ਕਰ ਲੈਂਦੇ ਹਾਂ। ਔਰ ਭੈਣ ਜੀ ਲਿਖਿਆ, ਰਿਸ਼ੀ ਕਪੂਰ ਡਾਈਡ, ਦਾ ਸ਼ੇਮਫੁਲ ਪਾਰਟ ਇਜ਼ ਦੈਟ ਦਿਸ ਮੈਨ ਹੂਜ਼ ਹੋਲ ਫੈਮਿਲੀ ਵਾਜ਼ ਕਲੋਜ਼ ਟੂ ਗਾਂਧੀ ਫੈਮਿਲੀ, ਕਾਂਗਰਸ ਐਂਡ ਸਪੋਰਟਡ ਨਹਿਰੂ ਗਾਂਧੀਜ਼ ਬਲਾਈਂਡਲੀ, ਟੁੱਕ ਫੇਵਰਸ ਫਰੋਮ ਦੈਮ, ਇਜ਼ ਨਾਓ ਬੀਂਗ ਮੌਨਡ ਬਾਈ ਸਿੱਖਸ। ਉਹਨਾਂ ਕਿਹਾ ਇਹ ਸਾਰਾ ਟੱਬਰ ਹੀ ਜਿਹੜਾ ਗਾਂਧੀਆਂ ਦੇ ਨੇੜੇ ਰਿਹਾ, ਨਹਿਰੂ ਦੇ ਔਰ ਇੰਦਰਾ ਗਾਂਧੀ ਦੇ ਔਰ ਰਾਜੀਵ ਗਾਂਧੀ ਔਰ ਹੁਣ ਵੀ, ਔਰ ਇਹਨਾਂ ਦੇ ਨਾਲ ਮਿਲ ਕੇ ਉਹਨਾਂ ਨੇ ਉਹਨਾਂ ਤੋਂ ਕਾਫੀ ਫਾਇਦੇ ਵੀ ਚੁੱਕੇ ਨੇ। ਹੁਣ ਸਿੱਖ ਜਿਹੜੇ ਨੇ ਉਹ ਇਸ ਰਿਸ਼ੀ ਕਪੂਰ ਦੇ ਮਰਨ ਦੇ ਉੱਤੇ ਅਫਸੋਸ ਕਰਨ ਲੱਗੇ ਹੋਏ ਨੇ। ਰਿਸ਼ੀ ਕਪੂਰ ਵਾਜ਼ ਅਬਿਊਸਿਵ, ਵਾਈਫ ਬੀਟਰ, ਅਲਕੋਹਲਿਕ, ਕਾਸਟਿਸਟ, ਕਮਿਨਲ। ਹੀ ਹੈਡ ਆਲਸੋ ਪ੍ਰੇਜ਼ਡ ਕੇਪੀਐਸ ਗਿੱਲ ਐਂਡ ਕਾਲਡ ਹਿਮ ਵਾਟ ਏ ਗ੍ਰੇਟ ਪਰਸਨੈਲਿਟੀ, ਵਾਟ ਏ ਡੂ ਗੁੱਡ। ਔਰ ਨਾਲ ਉਹਨਾਂ ਨੇ ਟਵਿੱਟਰ ਦੇ ਉੱਤੇ ਉਹ ਲਿੰਕ ਵੀ ਦਿੱਤਾ ਹੈ ਕਿ ਭਾਈ ਇਹ ਰਿਸ਼ੀ ਕਪੂਰ ਗਾਲਾਂ ਕੱਢਣ ਵਾਲਾ, ਆਪਣੀ ਔਰਤ ਨੂੰ ਕੁੱਟਣ ਵਾਲਾ, ਸ਼ਰਾਬੀ, ਜ਼ਾਤ ਪਾਤ ਯਕੀਨ ਰੱਖਣ ਵਾਲਾ ਫਿਰਕੂ ਬੰਦਾ ਸੀ। ਉਹਨੇ ਕੇ ਪੀ ਗਿੱਲ ਦੀ ਤਾਰੀਫ ਦੇ ਵਿੱਚ ਵੀ ਇਹ ਕਿਹਾ ਸੀ ਕਿ ਕਿੰਨਾ ਮਹਾਨ ਉਹ ਇਨਸਾਨ ਸੀ, ਕਿੰਨਾ ਉਹਨੇ ਭਲਾ ਕੀਤਾ। He was also opportunist who, when he saw tide turning and changed regime, became close to BJP and likes of Arun Jaitley. ਜ਼ਾਹਰ ਹੈ ਕਪੂਰ ਫੈਮਿਲੀ ਪਹਿਲਾਂ ਨਹਿਰੂ ਖਾਨਦਾਨ ਦੇ ਨੇੜੇ ਸੀ,
ਪਰ ਇੰਨੇ ਮੌਕਾ ਪ੍ਰਸਤ ਨੇ ਜਿਉਂ ਹੀ ਮੌਸਮ ਬਦਲਿਆ ਇਹ ਬੀਜੇਪੀ ਦੇ ਜਿਹੜੇ ਨੇ ਉਹ ਬਹੁਤ ਨੇੜੇ ਚਲੇ ਗਏ ਔਰ ਇਹ ਅਰੁਣ ਜੇਤਲੀ ਦਾ ਖਾਸ ਚਹਿਤਾ ਬਣਿਆ ਲਾਈਕ ਧਰਮਿੰਦਰ ਸਲਮਾਨ ਖਾਨ ਸ਼੍ਰੀਦੇਵੀ ਅਮਰੀਸ਼ ਪੁਰੀ ਕਪੂਰ ਵਰ ਆਲਸੋ ਕਲੋਜ਼ ਟੂ ਬੇਅੰਤ ਸਿੰਘ ਬਲਰਾਮ ਜਾਖੜ KPS ਗਿੱਲ ਐਂਡ ਡਿਡ ਫੋਟੋ ਸ਼ੂਟਸ ਵਿਦ KPS ਗਿੱਲ ਟੂ ਹੈਲਪ ਦੈਮ ਪ੍ਰੂਵ ਪੰਜਾਬ ਵਾਜ ਫਰੀ ਆਫ ਟੈਰੋਰਿਜ਼ਮ ਪੀਸਫੁਲ ਐਂਡ ਸੇਫ ਇਹ ਸਾਡੇ ਦਰਸ਼ਕ ਜਾ ਕੇ ਦੇਖ ਸਕਦੇ ਨੇ ਬੈਕ ਰਿਕਾਰਡ ਦੇ ਵਿੱਚ ਕਿ ਉਹ ਧਰਮਿੰਦਰ ਹੋਏ ਸਲਮਾਨ ਖਾਨ ਹੋਏ ਸ਼੍ਰੀਦੇਵੀ ਤਾਂ ਸਪੈਸ਼ਲੀ KP ਗਿੱਲ ਦੇ ਸੱਦੇ ਦੇ ਉੱਤੇ ਪੰਜਾਬ ਆ ਕੇ ਉਹਦੇ ਨਾਲ ਉਹਨੇ ਵਕਤ ਸਪੈਂਡ ਕੀਤਾ ਸੀ ਅਮਰੀਸ਼ ਪੁਰੀ ਕਪੂਰ ਇਹ ਸਾਰੇ ਜਿਹੜੇ ਨੇ ਬੇਅੰਤੇ ਔਰ KP ਗਿੱਲ ਦੇ ਨਾਲ ਬਲਰਾਮ ਜਾਖੜ ਦੇ ਨਾਲ ਫੋਟੋਆਂ ਲਵਾ ਕੇ ਇਹ ਪ੍ਰਭਾਵ ਹੈ 1993-94 ਦੀ ਗੱਲ ਹੈ 94 ਚ ਖਾਸ ਤੌਰ ਤੇ ਜਦੋਂ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਚ 92-94 ਦੇ ਵਿਚਕਾਰ KP ਗਿੱਲ ਔਰ ਬੇਅੰਤੇ ਦੀ ਜੋੜੀ ਨੇ ਮਾਰੇ ਸੀ ਤੇ ਇਹ ਸੈਲੀਬ੍ਰੇਟ ਕਰਦੇ ਸੀ KP ਗਿੱਲ ਨੂੰ ਸੁਪਰ ਕੋਪ ਦਾ ਜਿਹੜਾ ਖਿਤਾਬ ਹੈ ਉਹ ਵੀ ਧਰਮਿੰਦਰ ਐਂਡ ਕੰਪਨੀ ਨੇ ਇੱਕ ਬੜਾ ਗਲਿਟਰਿੰਗ ਫੰਕਸ਼ਨ ਜਿਹੜਾ ਬੰਬੇ ਚ ਇਹਨਾਂ ਨੇ ਆਰਗੇਨਾਈਜ਼ ਕੀਤਾ ਉਹਦੇ ਚ ਦਿੱਤਾ ਗਿਆ ਪੈਂਜ ਨੇ ਲਿਖਿਆ ਨੋਇੰਗ ਦੈਟ KPS ਗਿੱਲ ਇਜ਼ ਬੁਚਰ ਆਫ ਪੰਜਾਬ ਬੁਚਰ ਇਨ ਕਸ਼ਮੀਰ ਐਂਡ ਅਸਾਮ ਆਲਸੋ ਵੈਨ ਹੀ ਵਾਜ ਪੋਸਟਡ ਦੇਅਰ ਮੋਲੈਸਟਰ ਹੂ ਮੋਲੈਸਟਡ IAS ਆਫੀਸਰ ਰੂਪਨ ਦਿਓਲ ਬਜਾਜ ਹਾਊ ਕੈਨ ਐਨੀਵਨ ਪ੍ਰੇਜ਼ਿੰਗ ਹਿਮ ਬੀ ਮੋਰਨਡ ਬਾਈ ਸਿੱਖਸ ਇਹ ਰਿਸ਼ੀ ਕਪੂਰ ਤੇ ਗੱਲ ਹੈ ਕਿ KP ਗਿੱਲ ਕੱਲਾ ਪੰਜਾਬ ਦਾ ਬੁਚਰ ਨਹੀਂ ਪੰਜਾਬ ਨੂੰ ਇਸ ਲਈ ਲਿਆਂਦਾ ਗਿਆ ਸੀ ਕਿ ਉਸ ਤੋਂ ਪਹਿਲਾਂ ਉਹਨੇ ਆਸਾਮ ਦੇ ਵਿੱਚ ਜਿਹੜਾ ਉਹ ਝੂਠੇ ਮੁਕਾਬਲੇ ਬਣਾਏ ਹੋਏ ਸੀ ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਵੀ ਇਹਦੀ ਕਾਰਗੁਜ਼ਾਰੀ ਇੱਕ ਬੁੱਚੜ ਵਾਲੀ ਸੀ ਇਹ ਜਿਹੜਾ ਗਿੱਲ ਜਿਸ ਦੇ ਜਿਹੜਾ ਚਾਰਜ ਹੋਇਆ ਕੋਰਟ ਦੇ ਵਿੱਚ ਕਿ ਉਹਨੇ ਇੱਕ IAS ਆਫੀਸਰ ਰੂਪਨ ਦਿਓਲ ਬਜਾਜ ਦੇ ਨਾਲ ਜਿਹੜੀ ਹੈ ਉਹਨੂੰ ਮੋਲੈਸਟ ਕੀਤਾ ਸੀ ਪਬਲਿਕ ਪਾਰਟੀ ਦੇ ਵਿੱਚ ਜਿਹੜਾ ਪ੍ਰੂਵਨ ਹੋਇਆ ਕੋਈ ਵੀ ਬੰਦਾ ਇਸ ਕਿਸਮ ਦਾ ਸਿੱਖ ਜਿਹੜੇ ਨੇ ਇਸ ਕਿਸਮ ਦੇ ਬੰਦੇ ਦੇ ਮਰਨ ਦੇ ਉੱਤੇ ਜਿਹਨੇ ਐਸੇ KP ਗਿੱਲ ਨੂੰ ਐਪਰੀਸ਼ੀਏਟ ਕੀਤਾ ਕਿਵੇਂ ਮੌਰਨ ਕਰ ਸਕਦੇ ਨੇ ਕਿਵੇਂ ਅਫਸੋਸ ਕਰ ਸਕਦੇ ਨੇ KPS ਗਿੱਲ ਲੇਟਰ ਆਲਸੋ ਗੋਟ ਕਲੋਜ਼ ਟੂ ਵਿਸ਼ਵ ਹਿੰਦੂ ਪਰਿਸ਼ਦ RSS BJP ਹੀ ਡਿਫੈਂਡਡ ਮੋਦੀ ਓਵਰ 2002 ਪ੍ਰੋਗਰਾਮ ਇਨ ਗੁਜਰਾਤ ਇੱਥੇ ਹੀ ਬਾਅਦ ਉਹਨਾਂ ਨੇ ਕਿਹਾ ਜੀ ਇਹ KP ਗਿੱਲ ਬਾਅਦ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ RSS ਔਰ BJP ਦੇ ਵੀ ਨੇੜੇ ਹੋਇਆ ਔਰ ਉਹਨੇ ਮੋਦੀ ਦੀ 2002 ਚ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਲਈ ਪ੍ਰੋਗਰਾਮ ਦੇ ਲਈ ਉਹਦੀ ਤਾਰੀਫ ਕੀਤੀ ਸੀ ਔਰ ਇੱਕ ਸਟੇਜ ਤੇ BJP ਐਕਚੁਅਲੀ KP ਗਿੱਲ ਨੂੰ ਲੁਧਿਆਣੇ ਤੋਂ ਪਾਰਲੀਮੈਂਟ ਦਾ ਟਿਕਟ ਦੇਣਾ ਚਾਹੁੰਦੇ ਸੀ ਜਿਸ ਨੂੰ ਫਿਰ ਲਾਸਟ ਮਿੰਟ ਤੇ ਉਹਨਾਂ ਨੇ ਚੇਂਜ ਕੀਤਾ ਕਿ ਇਹਦਾ ਅਸਰ ਬਾਕੀ ਸੀਟਾਂ ਤੇ ਪਏਗਾ ਉੱਥੋਂ ਦਾ ਉਹਨੇ ਜਿੱਤ ਜਾਣਾ ਸੀ ਕਿਉਂਕਿ ਬੇਅੰਤੇ ਦਾ ਪੋਤਾ ਜਿਹੜਾ ਉਹ ਆਪਣੇ ਦਾਦੇ ਦਾ ਨਾਂ ਲੈ ਕੇ ਅਜੇ ਵੀ ਲੁਧਿਆਣੇ ਦੇ ਹਿੰਦੂਆਂ ਦੀਆਂ ਵੋਟਾਂ ਲੈਂਦਾ ਹੈ ਪਰ ਅਕਾਲੀਆਂ ਨੇ ਇਹਨੂੰ ਸਮਝਾਇਆ BJP ਨੂੰ ਕਿ ਤੁਸੀਂ ਦੂਸਰੀਆਂ ਸੀਟਾਂ ਲੂਜ਼ ਕਰੋਗੇ ਸਿੱਖਾਂ ਚ ਇਹਦਾ ਮਾੜਾ ਅਸਰ ਜਾਏਗਾ ਫਿਰ ਭੈਣ ਜੀ ਨੇ ਲਿਖਿਆ ਨਾਓ ਵਾਈ ਆਰ ਸਿੱਖ ਸੋ ਕਲੂਲੈਸ ਦੈਟ ਦੇ ਆਰ ਸ਼ੇਅਰਿੰਗ ਪਿਕਚਰਸ ਆਫ ਰਿਸ਼ੀ ਕਪੂਰ ਐਟ ਗੋਲਡਨ ਟੈਂਪਲ ਔਰ ਮੌਰਨ ਦਾ ਐਕਟਰ ਹੂ ਇਜ਼ ਪਾਰਟ ਆਫ ਸਟੇਟ ਮਸ਼ੀਨਰੀ ਟੂ ਪ੍ਰਮੋਟ ਜੈਨੋਸਾਈਡਲ ਗਵਰਨਮੈਂਟਸ ਕਿ ਵੀ ਸਿੱਖਾਂ ਨੂੰ ਕੀ ਹੋਇਆ ਕਿ ਰਿਸ਼ੀ ਕਪੂਰ ਦੀਆਂ ਦਰਬਾਰ ਸਾਹਿਬ ਆਏ ਦੀਆਂ ਪਿਕਚਰਸ ਨੂੰ ਉਹ ਜਿਹੜਾ ਉਹ ਸ਼ੇਅਰ ਕਰ ਰਹੇ ਨੇ ਜਦੋਂ ਕਿ ਉਹ ਉਸ ਮਸ਼ੀਨਰੀ ਦੀ ਤਾਰੀਫ ਕਰ ਰਿਹਾ ਜਾਂ ਉਹਦਾ ਹਿੱਸਾ ਸੀ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਸਿੱਖ ਸ਼ੋਅ ਸਿਮਿਲਰ ਸਟੂਪਿਡਿਟੀ ਇਨ ਬਿਲੀਵਿੰਗ ਹੀ ਮੈਰਿਡ ਏ ਸਿੱਖ ਵੋਮੈਨ ਸਿੱਖ ਵੋਮੈਨ ਈਵਨ ਐਜ਼ ਨੀਤੂ ਸਿੰਘ ਨੈਵਰ ਲਿਵਡ ਲਾਈਕ ਏ ਸਿੱਖ ਨੈਵਰ ਟੋਟ ਵਨ ਵਰਡ ਆਫ ਸਿੱਖੀ ਟੂ ਹਰ ਕਿਡਸ ਐਂਡ ਲਿਵਡ ਆਲ ਲਾਈਫ ਲਾਈਕ ਹਿੰਦੂਜ਼ Kapoor's did same to Geeta Bali, whose real name was Harkirtan Kaur, but they married her to Shami Kapoor and she lived like Hindu. This is the same scam as believing Amitabh Bachchan's mother is a Sikh, though she lived like a Hindu. Unhane pure ina de jede ne putde fol ditte ne. Unhane kya ye kya ja reha hai ki Neetu Singh Sikh hai ji jide naal ine ਰਿਸ਼ੀ ਕਪੂਰ ਨੇ ਵਿਆਹ ਕੀਤਾ ਪਰ ਉਹਨੇ ਕਦੇ ਵੀ ਆਪਣਾ ਸਿੱਖੀ ਵਾਂਗ ਨਾ ਉਹ ਜੀਵੀ ਹੈ ਨਾ ਉਹਨੇ ਦਾਅਵਾ ਕੀਤਾ ਨਾ ਉਹਨੇ ਬੱਚਿਆਂ ਨੂੰ ਕੋਈ ਸਿੱਖੀ ਦਾ ਲਫ਼ਜ਼ ਸਿਖਾਇਆ ਉਹ ਤਾਂ ਹਿੰਦੂਆਂ ਦੀ ਤਰ੍ਹਾਂ ਰਹੀ ਹੈ ਉਹਦੇ ਕੋਈ ਸ਼ੱਕ ਨਹੀਂ ਹੈ ਇਸੇ ਤਰ੍ਹਾਂ ਉਹਨਾਂ ਨੇ ਗੀਤਾ ਬਾਲੀ ਦਾ ਜ਼ਿਕਰ ਕੀਤਾ
और उन्होंने बिल्कुल ठीक जानकारी दी है कि गीता बाली जिहदी भतीजी अगों योगता बाली ये सारा खानदान ये गीता बाली बहुत वड्डे जिहड़े सिख फिलोसफर अपने वेले दे होए जिन्हां नूं पंडित करतार सिंह करके जाणिया जांदा सी उन्हां दी जिहड़ी है वह डॉटर सी और ये फिरोजपुर दे विच अज वी जिहड़ा उन्होंने उन्होंने एक आश्रम जिहड़ा एक सिख स्कूल स्थापित किया उत्थे पढ़ती रही हरकीर्तन कौर और ये वो सी कि जिन्हां जमानियां दे विच गतका और दूसरा बहुत यंग उम्र दे विच उहदा प्ले देखण दे लई कि गतका किवें प्ले करदी है सिख वड्डी गिणती जांदे सी पर अल्टीमेटली इहने अपनी ये उत्थे जा वड़ी बॉम्बे दे विच अपना नाम भी उन्हें गीता बाली रख लिया और शमी कपूर दे नाल व्याह कीता और उन्होंने कहा भी वो हिंदू दी तरह और बाद दे विच एक पंजाबी फिल्म दी जिहदी वो शूटिंग कर रही सी उहदे दौरान बड़ी यंग उम्र चो मर गई क्योंकि उन्हों जिहड़ी है कोई इस किस्म दी वायरस डिजीज ही हुई पर उहदे च कोई शक नहीं है कि जिवें उन्होंने कहा कि भी शी लिव्ड लाइक ए हिंदू दिस इज सेम स्कैम जिवें अमिताभ बच्चन जाहिर है इहदा प्यो अमिताभ दा हरिवंश राय बच्चन जिहदा दूजा विआह सी इहदे नाल अमिताभ बच्चन दी मां तेजी जिहनूं कहिंदे सी और इस नूं सिखां च इह जदों मरी ते उहनें वी ड्रामा जिहा कीता अमिताभ बच्चन ने इक कलश लै के अब दरबार साहिब भी आया फिर उत्थे हालांकि सारे उहदियां रस्मां इह बच्चन टब्बर पक्का हिंदू तवी जिहड़े ब्राह्मण उस दे नाल कीता पर वो अजे भी जदों उहदे ते इल्जाम लग्गा कि जी तू जो नवंबर 84 दी सिख नस्ल कुशी वेले ये बयान दिता उहदे तो दूरदर्शन तो कि ये खून के छींटे कातलों के घरों तक पहुंचा दो खून का बदला खून और लेकिन उन्हें जस्टिफाई करने दे लई जो कोई कहे जी नहीं नहीं ये किवें कर सकदा है ये तो इहदी मां जिहड़ी आ उह सिख सी जिहड़ा ये बिल्कुल उन्होंने कहा भी इसे तरह ही कपूरां दे नाल ये गल जोड़ी जा रही है ऋषि कपूर प्रेजिज किलर्स ऑफ सिक्स लाइक केपीएस गिल बट हिमसेल्फ लेड कैंपेन्स इन यूके टू सेव ISICKON मंदिर देयर ए उन्होंने उहदा भी लिंक दित्ता है कि ए उन्होंने जिहड़ा मंदिर है इन्हां दा उहनूं सेव करन दे लई इन्हें कैंपेन भी लीड किया हालांकि इधर केपी गिल की तारीफ की कि उन्हें बहुत वधिया काम किया है When why then are some Sikhs mourning this hypocrite or sharing his pictures of his characters in which he played role of a Sikh or his pictures at Darbar Sahib? उन्होंने कहा क्यों Sikh उन्हा पोस्ट जेड़े पिक्चर्स ने जिदे च उन्हें Sikh दा रोल कीता है जां दरबार साहब आया है इन्हों शेयर करके प्रमोट कर रहे हैं I am sorry but the so-called Sikh movement Sikh nation are all in imagination of a few only. Sikh masses are clueless, gullible, easily manipulated. कि भी ये जड़ी साड़ी movement है, Sikh nation दी, ये साड़ियां ही कुछ दी imagination दे विच है, वड़ी गिनती जड़ी Sikh जनता है, वो clueless है, वो gullible ने, उन्हें पता ही नहीं लगता है, और उन्हें जड़ा मर्जी, उन्हें दे बाम रोड के जिधर मर्जी ले जाए, easily manipulated. और फिर उन्होंने ये कहा भी ये जड़ी मेंटेलिटी है कि सिखां दी के कि किवें वो इजी इन्फ्लुएंस हिंदू सॉफ्ट पावर दा कबूलदे ने ये अल्टीमेटली सानू एसिमिलेट कर रही है और सिखां नू ये सोचण दी लोड़ है कि भी क्यों असीं सिक्स आल्सो कैन नॉट सी दो सेल आउट सिंगर्स एंड पंजाबी स्टार्स हु आर प्रमोटिंग कैंपेन्स इन फेवर ऑफ पंजाब पुलिस ऑन सोशल मीडिया टू हाइड इट्स ब्रूटैलिटी ਕਿ ਕਿਵੇਂ ਉਹ ਸੋ ਕਾਲਡ ਪੰਜਾਬੀ ਸਟਾਰ ਜਿਹੜੇ ਨੇ ਉਹ ਲੱਗੇ ਹੋਏ ਨੇ ਪੰਜਾਬ ਪੁਲਿਸ ਦੀ ਜਿਹੜੀ ਹੈ ਉਹ ਫੇਵਰ ਦੇ ਵਿੱਚ ਉਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਔਰ ਉਹਨਾਂ ਦੀ ਜਿਹੜੀ ਉਹ ਬਰੂਟੈਲਿਟੀ ਹੈ ਜ਼ਾਲਮਾਨਾ ਅੰਦਾਜ਼ ਉਹਨੂੰ ਲੁਕਾਉਣ ਦੇ ਲਈ ਇਫ ਇਟ ਇਜ਼ ਮੈਨੂਫੈਕਚਰਿੰਗ ਕੰਸੈਂਟ ਦੈਨ ਆਈ ਮਸਟ ਸੇ ਇੰਡੀਅਨ ਸਟੇਟ ਮੈਨੇਜ ਟੂ ਮੈਨੂਫੈਕਚਰ ਇਟ ਕੁਆਇਟ ਸਕਸੈਸਫੁਲੀ ਕਿ ਜੇ ਇਹ ਉਹਨਾਂ ਦੀ ਔਰ ਇਹਦੀ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਬੜੀ ਕਾਮਯਾਬੀ ਦੇ ਨਾਲ ਸਟੇਟ ਨੇ ਜਿਹੜਾ ਇਹਨੂੰ ਮੈਨੇਜ ਕੀਤਾ ਫਿਰ ਅਗਲੇ ਪੈਰਾਗ੍ਰਾਫ 'ਚ ਉਹਨਾਂ ਨੇ ਕਸ਼ਮੀਰੀਆਂ ਦੀ ਤਾਰੀਫ ਕੀਤੀ ਹੈ ਕਿ ਭਾਈ ਕਿ ਉਹ ਕਿਵੇਂ ਇਹਨਾਂ ਤੋਂ ਡਿਸਟੈਂਸ ਰੱਖਦੇ ਨੇ ਕਸ਼ਮੀਰੀ ਕੋਈ ਬਾਲੀਵੁੱਡ ਸਟਾਰਸ ਨੂੰ ਲੈ ਕੇ ਕੋਈ ਜੰਪ ਨਹੀਂ ਕਰਦੇ ਜੇ ਕਿਸੇ ਨੂੰ ਉੱਥੇ ਮੌਕਾ ਵੀ ਬਣਿਆ ਕੰਮ ਕਰਨ ਦਾ ਜਿਵੇਂ ਜ਼ਾਹਿਰ ਹੈ ਵਸੀਮ ਦਾ ਉਹਨਾਂ ਨੇ ਜ਼ਿਕਰ ਕੀਤਾ
उन्हें नेशनल अवार्ड भी जितते पर उन्हें उन्हें ठोकर मारी। पर इधर उल्ट जो कुछ साढ़े लोग कर रहे ने सोशल मीडिया जेड़ा है वो उस किस्म के लोगों नाल भरिया है जिन्हां नूं जेड़े स्टॉकहोम सिंड्रोम का शिकार ने, क्योंकि स्टॉकहोम सिंड्रोम हुंदा जिहड़ा तुहाडे ते जुल्म करदा है उन्हों ही तुसी प्यार करन लग जांदे हो। सो इस तरह उन्होंने फिर उन्होंने कहा आई सी सम फुलिश सिक्स स्टिल बिलीव द ओल्स आर सिक्स एंड इग्नोरिंग ऑल प्रूफ्स ऑफ देम बीइंग आर्या समाजी आरएसएस बीजेपी मैन सिक्स वर नेवर मूव्ड इवन आफ्टर सिंह धर्मिंदर बीइंग बेस्ट फ्रेंड ऑफ बलराम जाखड़ एंड बेअंत सिंह सम पेजेस लाइक डेली सिख अपडेट्स एंड सिखी विकी इवन हैव बायोग्राफीज ऑफ सच क्रेजी पीपल हु आर एंटी सिख। ए ਦਿਓਲ ਧਰਮਿੰਦਰ ਦੀ ਫੈਮਿਲੀ ਹੈ, ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਹੈ ਕਿ ਧਰਮਿੰਦਰ ਹੈਡ ਕਰ ਰਿਹਾ ਸੀ ਬਾਲੀਵੁੱਡ ਦੇ ਉਹਨਾਂ ਸਾਰੀ ਟੀਮ ਨੂੰ ਜਿਨ੍ਹਾਂ ਨੇ ਸੁਪਰ ਕੌਪ ਦਾ ਇਹਨੂੰ ਖਿਤਾਬ ਦਿੱਤਾ ਸੀ, ਪਰ ਉਹਦੇ ਮੁੰਡੇ ਨੂੰ ਜਿਹਨਾਂ ਜਿਹਦਾ ਕੋਈ ਲਾਗਾ ਦੇਗਾ ਹੀ ਨਹੀਂ ਸੀ ਗੁਰਦਾਸਪੁਰ ਦੇ ਨਾਲ, ਉੱਥੋਂ ਐਮ ਪੀ ਬਣਾਇਆ ਉਹਨਾਂ ਨੇ, ਔਰ ਇਹ ਜਿਹੜੇ ਕਿ ਬਿਲਕੁਲ ਇਹਨਾਂ ਦੇ ਯਾਰ ਕਦੇ ਕੇ ਪੀ ਗਿੱਲ ਬਲਰਾਮ ਜਾਖੜ ਔਰ ਇਹਨਾਂ ਸਾਰਿਆਂ ਦੇ ਉਹਨਾਂ ਨੂੰ ਅਜੇ ਵੀ ਉਹਨਾਂ ਨੇ ਪੈਂਜ ਨੇ ਕਿਹਾ ਕਿ ਭਾਈ ਆਹ ਜਿਹੜੇ ਸਿੱਖ ਸਾਈਟ ਨੇ ਉਹਨਾਂ ਨੇ ਉਹਨਾਂ ਦੇ ਸਪੈਸ਼ਲ ਪੇਜ ਵੀ ਰੱਖੇ ਨੇ। ਈਵਨ ਸਿੱਖਸ ਈਵਨ ਬੋਸਟ ਐਂਟਾਈ ਸਿੱਖ ਤਪਸੀ ਪੰਨੂ ਐਂਡ ਸਿਮੀ ਗਰੇਵਾਲ ਆਰ ਸਿੱਖਸ ਇਗਨੋਰ ਦੇਅਰ ਇੰਟਰਵਿਊਜ਼ ਇਨ ਪ੍ਰੇਜ਼ ਆਫ ਇੰਦਰਾ ਐਂਡ ਰਾਜੀਵ ਐਂਡ ਡਿਫੈਂਡਿੰਗ ਸਿੱਖ ਜੈਨੋਸਾਈਡ। ਕਿਉਂ ਤੁਸੀਂ ਕਹੀ ਜਾਓ ਕਿ ਤਪਾਸੀ ਪੰਨੂ ਵੀ ਸਿੱਖ ਹੈ, ਸਿਮੀ ਗਰੇਵਾਲ ਵੀ, ਪਰ ਇਹਨਾਂ ਦੇ ਤੁਸੀਂ ਇੰਟਰਵਿਊ ਦੇਖੋ ਕਿ ਕਿਵੇਂ ਉਹਨਾਂ ਨੇ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਦੀ ਤਾਰੀਫ ਕੀਤੀ ਹੈ, ਔਰ ਈਵਨ ਜਿਹੜਾ ਉਹਨਾਂ ਨੇ ਸਿੱਖ ਜੈਨੋਸਾਈਡ ਕੀਤੇ ਨੇ ਉਹਨੂੰ ਉਹਨਾਂ ਨੇ ਡਿਫੈਂਡ ਕੀਤਾ ਇੰਦਰਾ ਗਾਂਧੀ ਔਰ ਰਾਜੀਵ ਗਾਂਧੀ ਨੂੰ ਕਿ ਵੀ ਕੀ ਉਹਨਾਂ ਨੇ ਅਖੀਰ ਚ ਪੁੱਛਿਆ ਕਿ ਕੀ ਅਸੀਂ ਇੰਨੇ ਡੈਸਪਰੇਟ ਹੈ, ਇੰਨੇ ਅਟੈਂਸ਼ਨ ਸੀਕਰ ਹੈ ਕਿ ਅਸੀਂ ਬੈਗ ਕਰ ਰਹੇ ਹਾਂ ਕਿ ਸਾਨੂੰ ਆਪਣੇ ਚ ਅਸਿਮੀਲੇਟ ਕਰੋ। ਬੈਡ ਅਪਬ੍ਰਿੰਗਿੰਗ ਐਂਡ ਲੈਕ ਆਫ ਕਲੈਰਿਟੀ, ਨੋ ਐਮਪੈਥੀ ਵਿਦ ਓਨ ਕੌਮ ਬਟ ਆਲ ਲਵ ਫਾਰ ਈਵਨ ਓਪਰੈਸਰਸ ਐਂਡ ਦੇਅਰ ਸਾਈਕੋਫੈਂਟਸ, ਕਿ ਆਪਣੀ ਕੌਮ ਨਾਲ ਕੋਈ ਮੁਹੱਬਤ ਨਹੀਂ ਜਿਹੜੇ ਸਾਨੂੰ ਦਬਾ ਰਹੇ ਨੇ, ਸਾਡਾ ਮਜ਼ਾਕ ਉਡਾਉਂਦੇ ਨੇ, ਸਾਡੇ ਤੇ ਜ਼ੁਲਮ ਕਰਦੇ ਨੇ, ਉਹਨਾਂ ਦੀ ਅਸੀਂ ਤਾਰੀਫਾਂ ਦੇ ਪੁੱਲ ਬਣ ਰਹੇ ਹਾਂ। ਔਰ ਉਹਨਾਂ ਨੇ ਕਿਹਾ ਕਿ ਵੀ ਕੁਛ ਉਹਨਾਂ ਚੋਂ ਲੱਗਦਾ ਕਿ ਵੀ ਜਿਹੜੇ ਨੇ ਕੌਨਸ਼ੀਅਸ ਵਾਲੇ ਸਿੱਖ ਜ਼ਰੂਰ ਨੇ, ਪਰ ਇਹ ਜਿਹੜੇ ਨੇ ਉਹ ਬੋਲਦੇ ਨਹੀਂ ਹੈ। ਮੋਸਟ ਆਫ ਯੂ ਆਲਸੋ ਡੂ ਨਾਟ ਸਪੀਕ ਅਪ, ਸਾਨੂੰ ਕਹਿ ਰਹੇ ਨੇ ਕਿ ਵੀ ਤੁਸੀਂ ਇਸ ਬਾਰੇ ਕੁਛ ਨਹੀਂ ਕਹਿੰਦੇ ਹੋ, ਕਿਉਂਕਿ ਤੁਹਾਨੂੰ ਵੀ ਇਹ ਲੱਗਦਾ ਵੀ ਸਾਨੂੰ ਜੇ ਅਸੀਂ ਹਰ ਗੱਲ ਦੇ ਉੱਤੇ ਕਿਹਾ ਤੇ ਸਾਨੂੰ ਇਹ ਕੱਟੜਪੰਥੀ ਤੇ ਹਾਰਡ ਲਾਈਨ ਰੈਡੀਕਲਸ ਕਹਿਣਗੇ। ਸਿੱਖਸ ਸਪੈਮਿੰਗ ਸੋਸ਼ਲ ਮੀਡੀਆ ਟੂ ਮੌਰਨ ਏ ਚੀਪ ਮੈਨ ਲਾਈਕ ਰਿਸ਼ੀ ਕਪੂਰ ਇਜ਼ ਸ਼ੇਮਫੁਲ। ਔਰ ਮੈਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੇ ਲਫ਼ਜ਼ ਦੇ ਨਾਲ, ਅੱਖਰ ਅੱਖਰ ਦੇ ਨਾਲ ਸਹਿਮਤ ਹੈ। ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਹ ਪਾਠ, ਹਾਲਾਂ ਜਲੰਧਰ ਤੋਂ ਸਾਡੇ ਇੱਕ ਐਡਮਾਇਰਰ ਵੀਰ, ਉਹਨਾਂ ਦਾ ਪਰਿਵਾਰ ਜਿਹੜੇ ਡੈਂਟਿਸਟ ਨੇ ਡਾਕਟਰ, ਉਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਇੱਕ ਵਾਰ ਧਰਮਿੰਦਰ ਤੇ ਔਰ ਦਾਰਾ ਸਿੰਘ ਤੇ ਕੀਤਾ ਸੀ, ਇਹਨਾਂ ਦੇ ਕਰੋ। ਔਰ ਮੈਂ ਅੱਜ ਇਹਨੂੰ ਫੁੱਲ ਸੈਗਮੈਂਟ ਦੇ ਤੌਰ ਤੇ ਚੁਣਿਆ ਕਿਉਂਕਿ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਹਰ ਗੱਲ ਪਰਸਪੈਕਟਿਵ ਦੇ ਵਿੱਚ ਕੀਤੀ ਹੈ ਔਰ ਸਬੂਤਾਂ ਦੇ ਨਾਲ ਕੀਤੀ ਹੈ। ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਖਿਆਲ ਚ ਆਪਾਂ ਥੋੜੇ ਜਿਹੇ ਆਪਣੇ ਦਰਸ਼ਕਾਂ ਦੇ ਵੀ ਕਮੈਂਟਸ ਲੈ ਲਈਏ ਤੇ ਬਿਹਤਰ ਹੋਏਗਾ। ਮੇਰਾ ਖਿਆਲ ਹੈ ਵੀ ਵਕਤ ਨਹੀਂ ਹੋਣਾ, ਅਸੀਂ ਲਾਸਟ ਸੈਗਮੈਂਟ ਲਿਆ, ਤੁਸੀਂ ਬ੍ਰੇਕ ਲੈ ਲਓ ਜੀ, ਕਿਉਂਕਿ ਸਾਨੂੰ ਸਾਡੇ ਦਰਸ਼ਕਾਂ ਨੇ ਜੋ ਫੇਸਬੁੱਕ ਤੇ ਵੀ ਮੈਸੇਜ ਭੇਜੇ ਨੇ ਤੇ ਯੂਟਿਊਬ ਤੇ ਉੱਪਰ ਵੀ ਮੈਸੇਜ ਭੇਜੇ ਨੇ, ਆਪਾਂ ਸਾਰੇ ਪੜ੍ਹ ਕੇ ਲਏ ਨੇ, ਆਪਾਂ ਸਾਂਝੇ ਨਹੀਂ ਕਰ ਪਾਵਾਂਗੇ, ਇਸ ਲਈ ਆਪਾਂ ਖਿਮਾ ਚਾਹਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।